ਅੱਜ ਚੋਂ ਕਿਤਾਰ ਆਈ ਸੀ ਸੋਚਿਆ ਕਿ ਉਹ ਨਾ ਘਰ ਕਲੇਜੀ ਬਣਾ ਲਈਏ ਨਾਲ ਪ੍ਰਟ ਬਣਾਈਏ ਇਸ ਵਾਸਤੇ ਮੈਂ ਤੇ ਫਰਾਜ਼ ਸਵੇਰੇ ਸਵੇਰੇ ਨਿਕਲ ਗਏ ਜਿ ਕਲੇਜੀ ਲੈਣ ਅਸੀਂ ਸਿੱਦੇ ਬਰਾਡ ਮੀਡੋ ਸੈਂਟਰਲ ਉੱਥੋਂ ਜਾ ਕੇ ਅਸੀਂ ਕਸਾਈ ਦੀ ਦੁਕਾਨ ਤੇ ਪਹੁੰਚੇ ਤੇ ਕੋਕਲੇ ਦਾਨੀ ਜਿਤਕਾਰਿਆ ਲਿਆ ਅਸੀਂ ਕੀ ਹੈ ਜੀ ਕੱਟੇ ਦੇ ਕਲੇਜੀ ਲਈਏ ਨਾਲ ਅਸੀਂ ਕੋਕ ਤੇ ਬੋਤਲ ਲਈ ਨਾਲ ਦੋ ਨੀਬੂ ਨੱਪੇ ਤੇ ਚਲੋ ਜੀ ਇੱਕ ਵਾਪਸ ਘਰ ਆ ਗਏ ਕਲੇਜੀ ਕੱਟੀ ਕਲੇਜੀ ਕੱਟਣ ਤੋਂ ਬਾਅਦ ਅਸੀਂ ਉਹਨਾਂ ਮਸਾਲੇ ਵਗੈਰਾ ਲਾਇਆ ਗਾਰਲਿਕ ਪੇਸ ਜਿੰਜਰ ਪੇਸ ਕਾਲੀਆਂ ਮਰਚਾਂ ਤੇ ਉਸ ਤੋਂ ਲਾ ਵਰਤੀਆਂ ਮਰਚਾਂ ਬशीर ਸਾਹਿਬ ਨੇ ਉੱਤੇ ਲਾ ਦਿੱਤੀਆਂ ਕੋਈ ਬशीर ਸਾਹਿਬ ਸਾਡੇ ਕੁਕ ਨਾਲ ਹੀ ਫਰਾਜ਼ ਸਾਹਿਬ ਨੇ ਟਰਾਈ ਕੀਤਾ ਕਿ ਕਿਉਂ ਨਾ پراਟੇ ਬਣਾਣ ਲੇਕਿਨ ਉਹਨਾਂ ਨੇ ਕਿਹਾ ਕਿ ਆਟਾ ਸਹੀ ਨਹੀਂ ਸੀ ਇਹ ਉਹਨਾਂ ਨੇ ਬਣਾ ਲਾਇਆ ਤੇ ਉਹਨਾਂ ਨੇ ਸਾਰੀ ਰੋਟੀ ਦਾ ਬੇੜਾ ਗਰ੍ਹਾ ਕਰ ਦਿੱਤਾ ਉਸ ਤੋਂ ਬਾਅਦ ਅਸੀਂ ਨਾਲ ਕਲੇਜੀ ਬਣਾ ਲਈਏ ਇਹ ਦੇਖੋ ਬशीर ਸਾਹਿਬ ਨੇ ਫੁੱਲ ਤੜਕਾ ਛੜਕਾ ਲਾ ਦਿੱਤਾ ਹੈ ਆਪਣੀ ਤਰਫੋਂ ਸਫਲ ਮੁਜ਼ਾਹਿਰਾ ਕਰਦੇ ਨੇ ਤੇ ਫਰਾਸ ਸਾਹਿਬ ਨੇ ਇੱਕ ਹੋਰ ਰੋਟੀ ਜਿਹੜੀ ਅਜ਼ਾਇਆ ਕਰ ਦਿੱਤੀ ਹੈ ਇੰਜੀ ਲੇਕਿਨ ਇਸ ਤੋਂ ਬਾਅਦ ਫਰਾਸ ਸਾਹਿਬ ਨੂੰ ਆਇਆ ਗੁੱਸਾ ਕਿ ਕਿਉਂ ਅਗਰ ਆਟੇ ਦੁਬਾਰਾ ਗੁੰਨੇਗੇ ਮੈਨੂੰ ਲੱਗਦਾ ਕਿ ਆਟੇ ਵਿੱਚ ਮਸਲੇ ਹੈ ਇਸ ਵਾਸਤੇ ਫਰਾਸ ਸਾਹਿਬ ਨੇ ਦੁਬਾਰਾ ਆਟਾ ਗੁੰਨਿਆ ਤੇ ਜਨਾਬ ਦੁਬਾਰਾ ਤੁਸੀਂ ਸ਼ੁਰੂ ਹੋ ਗਏ ਰੋਟੀਆਂ ਬਣਾਉਣਾ ਲੇਕਿਨ ਇਸ ਵਾਰੀ ਅੱਲਾਹ ਕੀ ਤਰ੍ਹਾਂ ਸਾਡਾ ਪਰੌਠਾ ਜਿਹੜਾ ਉਹ ਸਹੀ ਬਣ ਗਿਆ ਹੁਣ ਜਿਉਂ ਹੀ ਸਾਡਾ ਪਰੌਠਾ ਸਹੀ ਬਣ ਗਿਆ ਨਾਲੇ ਸਾਡੀ ਜਿਹੜੀ ਕਲੇਜੀ ਵੀ ਕੜਕਪੰਧ ਉਹਨਾ ਚਾਹੀਦੇ ਨੇ ਇਸ ਵਾਸਤੇ ਮੈਂ ਗਿਆ ਫਿਰ ਦੂਜੇ ਘਰ ਉੱਥੋਂ ਮੈਂ ਜਾ ਕੇ ਲੈ ਲਈਆਂ ਸਾਕੀਆਂ ਮਿਰਚਾਂ ਸਾਕੀਆਂ ਮਿਰਚਾਂ ਲਏ ਉੱਤੇ ਪਾਈਆਂ ਨਾਲ ਦੱਕੇ ਦੋ ਨੀਬੂਤ ਨਾਲ ਪ੍ਰਾਠੇ ਵੀ ਤੇ ਆਹ ਨਾਲ ਕੋਕ ਦੀ ਬੋਤਲ ਤੇ ਅਸੀਂ ਹੁਣ ਖਾਵਾਂ ਤੇ ਤੁਹਾਨੂੰ ਅੱਲਾ ਹਾਫਿਜ਼